ਕਾਫੀ ਦਿਨ ਬੀਤ ਜਾਣ ਤੋਂ ਬਾਅਦ ਵੀ ਨੋਟਬੰਦੀ ਦੀ ਸਮੱਸਿਆ ਅਜੇ ਤੱਕ ਹੱਲ ਨਹੀਂ ਹੋਈ। ਪਿੰਡਾਂ ਦੇ ਕਿਸਾਨ ਬੈਂਕਾਂ ਅੱਗੇ ਲੰਮੀਆਂ ਲਾਈਨਾਂ ਲਗਾ ਕੇ ਆਪਣੇ ਖਾਤਿਆਂ ਵਿੱਚੋਂ ਪੈਸਾ ਕਢਵਾਉਣ ਦੇ ਲਈ ਖੜ੍ਹਦੇ ਹਨ। ਸਟੇਟ ਬੈਂਕ ਆਫ ਪਟਿਆਲਾ, ਤਪਾ ਅਤੇ PNB ਬੈਂਕ 4 ਵਜੇ ਤੋਂ ਬੈਂਕਾਂ ਦੇ ਅੱਗੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਉਹ ਸਵੇਰੇ 4 ਵਜੇ ਤੋਂ 5 ਵਜੇ ਤੋਂ ਰੋਜ਼ਾਨਾ ਹੀ ਬੈਂਕਾਂ ਅੱਗੇ ਆ ਕੇ ਬੈਠ ਜਾਂਦੇ ਹਨ, ਜਦੋਂ ਬੈਂਕਾਂ 10 ਵਜੇ ਖੁੱਲ੍ਹਦੀਆਂ ਹਨ। ਲਾਈਨਾਂ ਵਿੱਚ ਖੜ੍ਹੇ ਲੋਕਾਂ ਨੇ ਦੱਸਿਆ ਕਿ ਜਦੋਂ ਬੈਂਕ ਖੁੱਲ੍ਹਣ ਦਾ ਸਮਾਂ ਹੁੰਦਾ ਤਾਂ ਬੈਂਕ ਅਧਿਕਾਰੀਆਂ ਵੱਲੋਂ ਇਹ ਕਹਿ ਦਿੱਤਾ ਜਾਂਦਾ ਹੈ ਕਿ ਅੱਜ ਤੱਕ ਕੈਸ਼ ਹੀ ਨਹੀਂ ਆਇਆ। ਕਈ ਕਿਸਾਨਾਂ ਨੇ ਦੱਸਿਆ ਕਿ ਸਟੇਟ ਬੈਂਕ ਆਫ ਪਟਿਆਲਾ ਵਿੱਚ ਦੂਸਰੀਆਂ ਬੈਂਕਾਂ ਦੇ ਮੁਕਾਬਲੇ ਪੈਸਾ ਲੈਣ ਵਿੱਚ ਕੋਈ ਦਿੱਕਤ ਨਹੀਂ ਆਉਂਦੀ। ਇਹ ਪਟਿਆਲਾ ਸਟੇਟ ਬੈਂਕ ਆਫ ਪਟਿਆਲਾ ਦੀ ਜਿਹੜੀ ਬ੍ਰਾਂਚ ਆ ਤਪਾ ਦੀ, ਇਹੀ ਇੱਕ ਬ੍ਰਾਂਚ ਆ ਜਿਹਦੇ ਵਿੱਚ 24,000 ਤੱਕ ਕੈਸ਼ ਮਿਲਦਾ। ਬਾਕੀ ਬੈਂਕਾਂ ਕਿਸੇ 'ਚ 5,000, ਕਿਸੇ 10,000। ਜਿਹਦਾ ਹੁਣ ਇਸ ਬੈਂਕ 'ਚ ਖਾਤਾ ਹੈ ਨਹੀਂ, ਉਹਦੇ ਵਾਸਤੇ ਬਹੁਤ ਮੁਸ਼ਕਲ ਹੋਇਆ ਹੋਇਆ ਜੀ। ਜਿਹਦਾ ਪਿੰਡਾਂ 'ਚ ਖਾਤਾ ਹੈ ਔਰ ਕਿਸੇ ਸ਼ਹਿਰ 'ਚ ਖਾਤਾ ਹੀ ਹੈ ਨਹੀਂ, ਉਹਨਾਂ ਨੂੰ 2,000, 3,000, 2,000, 3,000 ਨਾਲ ਕੋਈ ਕੰਮ ਨਹੀਂ ਚੱਲਦਾ। ਲਿਮਟਾਂ ਲੋਕਾਂ ਨੇ ਜਿਹੜੀਆਂ ਅਸੀਂ ਭਰ ਰੱਖੀਆਂ ਪੈਸੇ ਬੰਨੀਆਂ, ਬਹੁਤ ਤੰਗੀ ਹੈ। ਸਰਕਾਰ ਨੂੰ ਇਹ ਬੇਨਤੀ ਹੈ ਵੀ ਵੱਧ ਤੋਂ ਵੱਧ ਕੈਸ਼ ਭੇਜੋ, ਛੇਤੀ ਛੇਤੀ ਮੁਸ਼ਕਲਾਂ ਹੱਲ ਕਰੋ। ਪਿੰਡਾਂ ਵਾਲੇ ਬੈਂਕਾਂ 'ਚ ਕੈਸ਼ ਜ਼ਿਆਦਾ ਭੇਜੋ ਸਮਾਂ ਦੀ, ਕਿਸਾਨਾਂ ਨੂੰ ਬਹੁਤ ਮੁਸ਼ਕਲ ਹੈ। ਆਹ ਜਿੰਨੇ ਵੀ ਸਾਰੇ ਖੜ੍ਹੇ ਹੈ ਇਹ ਪਿੰਡਾਂ ਵਾਲੇ ਕਿਸਾਨ ਹੀ ਹੈ, ਸ਼ਹਿਰ ਵਾਲਾ ਇਹਦੇ ਵਿੱਚ ਕੋਈ ਵੀ ਬੰਦਾ ਨਹੀਂ ਹੈਗਾ। ਓਕੇ, ਤਪਾ ਮੰਡੀ ਤੋਂ ਨਰੇਸ਼ ਗਰਗ, ਅਜਾਦ TV ਨਿਊਜ਼।